ਬਸ ਤੈਨੂੰ ਕੀ ਦੱਸਾਂ ਮੰਮੀ, ਆ ਮੇਸਤਰੀ ਨਾ ਘਰੇ ਬਾੜਨੇ ਬਹੁਤ ਸੌਖੇ ਆ ਪਰ ਕੱਢਣੇ ਬਹੁਤ ਔਖੇ ਨੇ। ਕੱਲੀ ਤੇਰੇ ਹੀ ਕਹਿਣ ਨਾਲ ਕੀ ਹੋਣਾ ਮੰਮੀ, ਤੂੰ ਤਾਂ ਕਹੀ ਜਾਂਦੀ ਆ ਪਰ ਆ ਪੇਕੇ ਆਉਣਾ ਕਿਹੜਾ ਸੌਖਾ ਆ, ਆ ਇਕੱਲੇ ਇਕੱਲੇ ਮੈਂਬਰ ਤੋਂ ਪਰਮਿਸ਼ਨ ਲੈਣੀ ਪੈਂਦੀ ਆ। ਚੱਲ ਮੈਂ ਪੁੱਛ ਕੇ ਦੇਖਦੀ ਹਾਂ ਵੀ ਕੀ ਕਹਿੰਦੇ ਨੇ। बेबे मैनूं पेके गई नूं बहुत दिन हो गए, हुण मैं पेके जाया मां। पेके जाण दी पुछण दी लोड़ हुंदी ऐ तूं जाया? आंदी तां वड्डी बेबे पेके भेजण वेले आ पैरां ते पाणी नहीं पैण दिंदी सी, अज इहनूं की हो गया? आ बेबे तैनूं दवाई दवूई लैण दा औखा तां नहीं होऊगा? इन्ना चेता हो गया मैनूं दवाई लैंदी नूं, सारा कुछ चेता चेते हो गया वी यार इस टाइम लैणी ऐ दवाई, इस टाइम लैणी ऐ। ते बेबे फिर मैं मम्मी नूं भी पुछ लैनी आ। ओनू की पुछना है, जब मैं कहता चुप करके चली जा। पुछना तो पैणा ही आ, फिर एवी मगरों थोड़े नाल भी क्लेश करूं ते बाद चो आई नाल मेरे नाल भी करूं। ओदी की मजाल है, लंबाए मैनू ते तैनू कुछ कह दे दे। ना बेबे, आ मैं तेरिया फोकियां फेंटर बाजियां च नहीं आउणा, मैनू पुछना ही पैणा उहनां नूं। शुकर आ दोने मां पुत कट्ठे ही बैठे ने, आ परमिशन ना दोनों कोलो इको झटके च लै हो जूगी। पर आ की आ मम्मी तो लसन छिलन लगे हुए ने, अगे तो कह दें भी मेरे नौहां च जलन होन लग जाती है। डक्का तोड़ के दूरा नहीं करते, अज की इन्हों हो गया देखती हाँ। आ सुनियो, वह ना मम्मी का फोन आया सीगा, कहिंदे भी जवाकां ते हुण पेपर पै गए आ, छुट्टियां हो गईआं, भी तूं हफ्ता क पेके ला जा। मम्मी मैं जाया वां। इच पुछण वाली कीहड़ी गल आ पुत, जिवें मैं गुड्डी नूं उड़ीकदी आं तेरी मां भी तां तैनूं उड़ीकदी होऊ, जाया तूं। मैं किते कोई सुपना तां नहीं देखदी पई, इह सारे अज हामी किवें भरी जांदे ने। सोचण वाली कीहड़ी गल आ पुत, नौहां भी तां किसे दीआं धीआं हुंदीआं, जो पेके आराम मिलदा उह सहुरे चाहे लख चंगे होण ਉਹ ਨਹੀਂ ਮਿਲਦਾ ਪੁੱਤ। ਪੇਕਿਆਂ ਵਰਗੀ ਮੌਜ ਕਿੱਥੇ ਲੱਭਦੀ ਆ ਪੁੱਤ? ਜਦੋਂ ਮਰਜ਼ੀ ਉੱਠੋ, ਜਿੱਥੇ ਮਰਜ਼ੀ ਬੈਠੋ, ਜਿਵੇਂ ਮਰਜ਼ੀ ਖਾਓ ਪੀਓ, ਟਾਈਮ ਬੇਟਾਈਮ ਖਾ ਲਓ, ਪੇਕਿਆਂ ਵਰਗੀ ਮੌਜ ਤਾਂ ਕਿਤੇ ਲੱਭਦੀ ਨਹੀਂ। ਮੈਂ ਤਾਂ ਆਪ ਆਪਦੇ ਪੇਕਿਆਂ ਨੂੰ ਬਹੁਤ ਮਿਸ ਕਰਦੀ ਹਾਂ। ਹਾਦੋ ਆ, ਅੱਜ ਆ ਮੰਮੀ ਦੀ ਜਵਾਨ ਤੋਂ ਅੱਕ ਦੀ ਜਗ੍ਹਾ ਫੁੱਲ ਕਿੱਦਾਂ ਕਿਰਨ ਲੱਗ ਗਏ। ਓਏ ਆ ਮੂੰਹ 'ਚ ਹੋਣਾ, ਤੂੰ ਕਿਹੜੀਆਂ ਗੱਲਾਂ ਦੀ ਬੁੜਬੜ ਜੀ ਕਰੀ ਜਾਂਦੀ ਹੈ? ਚੱਕ ਸਮਾਨ ਪੈਕ ਕਰ, ਮੈਂ ਤੈਨੂੰ ਡਿਊਟੀ 'ਤੇ ਜਾਂਦਾ ਹੋਇਆ ਛੱਡ ਆਊਂਗਾ। ਕੁੜੀਏ ਬਹੁਤਾ ਸੋਚਣ ਦੀ ਲੋੜ ਨਹੀਂ, ਮੇਰਾ ਤਾਂ ਜਾਜੀ ਕਰਦਾ ਸੀ, ਮੈਂ ਤਾਂ ਦੋ ਸੂਟ ਝੋਲੇ 'ਚ ਪਾ ਕੇ ਚੁੱਪ ਕਰਕੇ ਮਾਨਾਂ ਨੂੰ ਬਸ ਚੜ ਜਾਂਦੀ ਸੀ। ਤਾਂ ਫਿਰ ਤੁਹਾਨੂੰ ਔਖਾ ਨਹੀਂ ਹੋ ਜਾਊਗਾ ਕੰਮ ਕਰਦਾ? ਆ ਗੋਡੇ ਤਾਂ ਤੁਹਾਡੇ ਅੱਗੇ ਦੁਖਦੇ ਰਹਿੰਦੇ ਨੇ। ਤੂੰ ਗੋਡਿਆਂ ਦਾ ਫਿਕਰ ਨਾ ਕਰ, ਗੋਡੇ ਤਾਂ ਜਦ ਮੈਂ ਤੁਰੂੰ ਫਿਰੂੰਗੀ ਮਾੜਾ ਮੋਟਾ ਆਪੇ ਚੱਲਣ ਲੱਗ ਜਾਣੇ, ਤੂੰ ਆਪਦੀਆਂ ਬੇਫਿਕਰ ਹੋ ਕੇ ਛੁੱਟੀਆਂ ਕੱਟਿਆ। ਤੁਸੀਂ ਫਿਰ ਕਹਿ ਦਿੰਦੇ ਹੋ ਨਾ ਵੀ ਪਿੱਛੇ ਰੋਟੀ ਪਾਣੀ ਦਾ ਮੈਨੂੰ ਔਖਾ ਹੋ ਜਾਂਦਾ ਆ। ਤੇਰੇ ਆਉਣ ਤੋਂ ਪਹਿਲਾਂ ਮੈਂ ਹੀ ਕੰਮ ਕਰਦੀ ਸੀ, ਮੈਂ ਕੰਮ ਛੱਡਿਆ ਜ਼ਰੂਰ ਆ ਪੁੱਤ, ਭੁੱਲੀ ਤਾਂ ਨਹੀਂ ਆ। ਪਰ ਫਿਰ ਤੁਸੀਂ ਜਦੋਂ ਮੈਂ ਵਾਪਸ ਆਉਂਦੀ ਹਾਂ ਪੇਕੇ ਜਾ ਕੇ, ਫਿਰ ਤੁਸੀਂ ਆ ਜਵਾਕਾਂ ਨੂੰ ਵੀ ਕਹਿਣ ਲੱਗ ਜਾਂਦੇ ਆ ਵੀ ਉੱਥੋਂ ਲਿੱਸੇ ਹੋ ਕੇ ਆ ਜਾਂਦੇ ਆ। ਆ ਜਵਾਕ ਵੀ ਜੀ ਨਹੀਂ ਲਾਉਂਦੇ, ਫਿਰ ਪਹਿਲੇ ਦਿਨ ਹੀ ਕਹਿਣ ਲੱਗ ਜਾਂਦੇ ਨੇ ਦਾਦੀ ਕੋਲੇ ਚੱਲੋ, ਵੱਡੀ ਬੇਬੇ ਕੋਲੇ ਚੱਲੋ, ਪਾਪਾ ਕੋਲੇ ਚੱਲੋ। ਫਿਰ ਮੈਂ ਕੀ ਕਰੂੰਗੀ, ਐਵੇਂ ਮੈਨੂੰ ਜਾਂਦੀ ਨੂੰ ਫਿਰ ਭਜਾ ਲੈਣਗੇ। ਤੂੰ ਆਪਦਾ ਜਾਣ ਦਾ ਸੋਚ, ਨਿਆਣੇ ਤਾਂ ਐਂ ਅੜੀਆਂ ਕਰਦੇ ਹੀ ਹੁੰਦੇ ਆ, ਇੱਕ ਦੋ ਦਿਨ ਕਰਨਗੇ, ਤੀਜੇ ਦਿਨ ਆਪੇ ਜੀ ਲਾ ਲੈਣਗੇ। ਦਾਲ 'ਚ ਕਾਲਾ ਨਹੀਂ, ਮੈਨੂੰ ਤਾਂ ਪੂਰੀ ਦਾਲ ਹੀ ਕਾਲੀ ਲੱਗਦੀ ਆ। ਤੇਰੀ ਤਾਂ ਮੰਮੀ ਵਿਚਾਰੀ ਗੇਟ 'ਚ ਖੜੀ ਉਡੀਕਦੀ ਹੋ, ਤੂੰ ਲੇਟ ਹੋਈ ਜਾਂਦੀ ਆ। ਮੈਂ ਨਹੀਂ ਜਾਣਾ ਹੈਗਾ ਪੇਕੇ, ਮੈਂ ਤਾਂ ਆਪ ਉਦਾਸ ਹੋ ਜਾਂਦੀ ਹਾਂ ਉੱਥੇ ਜਾ ਕੇ, ਉੱਥੇ ਨਾ ਫਿਰ ਮੈਨੂੰ ਜਾ ਕੇ ਨੀਂਦ ਨਹੀਂ ਆਉਂਦੀ, ਘਰ ਮੈਨੂੰ ਵੱਡੂ ਵੱਡੂ ਕਰਦਾ। ਫਿਰ ਐਡੀ ਸਾਰੀ ਉੱਥੇ ਹੀ ਹੋਈ ਆ ਪੁੱਤ, ਹੁਣ ਤੈਨੂੰ ਘਰ ਵੱਡੂ ਵੱਡੂ ਕਰਦਾ। ਤੂੰ ਚੁੱਪ ਕਰਕੇ ਨਾ ਹੁਣ ਜਾਣ ਦੀ ਗੱਲ ਕਰ, ਜੇ ਨਾ ਗਈ ਤੇਰੀ ਮੰਮੀ ਤੇ ਭਰਾ ਭਰਜਾਈ ਨੇ ਤਾਂ ਇਹੀ ਸੋਚਣਾ ਵੀ ਮੈਂ ਹੀ ਨਹੀਂ ਤੈਨੂੰ ਜਾਣ ਦਿੰਦਾ, ਮੈਂ ਹੀ ਨਹੀਂ ਚੱਜ ਦਾ ਟੱਕਰਿਆ ਜਿਹੜਾ ਪੇਕੇ ਜਾਣ ਤੋਂ ਤੈਨੂੰ ਰੋਕਦਾ। ਤੁਸੀਂ ਜੋ ਮਰਜ਼ੀ ਕਹੋ ਜੀ, ਮੇਰਾ ਨਹੀਂ ਜੀ ਕਰਦਾ ਹੈਗਾ ਜਾਣ ਨੂੰ, ਮੈਂ ਤਾਂ ਮੰਮੀ ਨੂੰ ਫੋਨ ਕਰ ਦੇਣਾ ਹੁਣੇ ਵੀ ਮੇਤੋਂ ਨਹੀਂ ਆ ਹੋਣਾ ਹੈਗਾ। ਉਹ ਲੈ ਦੱਸ, ਤੂੰ ਜਾਣ ਦੀ ਗੱਲ ਕਰ ਕਿਉਂ ਲੈ ਬੇਬੇ ਦਾ ਚੰਗਾ ਲੱਗਦਾ? ਲੈ ਦੱਸ। ਹੈਲੋ, ਹਾਂਜੀ ਮੰਮੀ ਜੀ। ਹਾਂ ਮੰਮੀ, ਮੇਰੇ ਕੋਲ ਆ ਨਹੀਂ ਹੋਣਾ ਹੈਗਾ। ਐਵੇਂ ਨਾ ਤੁਸੀਂ ਵੀ ਬਹੁਤਾ ਨਾ ਇੱਦਾਂ ਕਰੀ ਚੱਲੋ, ਤੁਹਾਨੂੰ ਪਤਾ ਵੀ ਪਿੱਛੇ ਮੰਮੀ ਦਾ ਕਿੰਨਾ ਔਖਾ ਆ, ਐਵੇਂ ਗੋਡੇ ਉਹਨਾਂ ਦੇ ਦੁਖਦੇ ਰਹਿੰਦੇ ਨੇ, ਉੱਪਰੋਂ ਆ ਮੇਸਤਰੀ ਹੋਣੇ ਹਟੇ ਨੇ, ਸਾਂਭ ਸਫਾਈਆਂ ਕਿੰਨਾ ਹੁੰਦਾ ਆ ਮੇਸਤਰੀਆਂ ਤੋਂ ਬਾਅਦ। ਤੂੰ ਚਾਹੇ ਗੁੱਸਾ ਕਰ ਚਾਹੇ ਗਿਲਾ ਕਰ, ਤੈਨੂੰ ਪਤਾ ਨਾ ਵੀ ਆ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚੋਂ ਨਿਕਲਣਾ ਮੈਨੂੰ ਤਾਂ ਬਹੁਤ ਔਖਾ ਆ। ਚੱਲ ਚੰਗਾ, ਓਕੇ।
ਪੁਰਾਣੀ ਬੁੜੀ ਪੁਰਾਣੀ ਖੁਰਾਕ ਪੁਰਾਣੀ ਅਕਲ ਔਖੇ ਵੇਲੇ ਹੀ ਕੰਮ ਆਉਂਦੀ ਆ। ਉਹ ਬੇਬੇ ਆ ਤੇਰੇ ਕਮਰੇ ਦੀਆਂ ਕੁਰਸੀਆਂ ਕਿੱਥੇ ਗਈਆਂ? ਚਾਰ ਚੀਜ਼ਾਂ ਨੇ ਉਹ ਸੰਭਾਲ ਲਿਆ ਕਰ। ਇਕਲੇ ਨੇ ਬਹਿਣਾ ਹੁੰਦਾ ਕਿੱਥੇ ਬੈਠੂਗਾ ਉਹ ਦੱਸ। ਡਿੱਗੀ ਗਧੇ ਤਾਂ ਗੁੱਸਾ ਘਮਾਰ ਤੇ ਤੂੰ ਕਿਹੜੀ ਗੱਲੋਂ ਪੁੱਛ ਰਿਹਾ ਫਿਰਦਾ? ਹੁਣ ਤੈਨੂੰ ਕੀ ਟੈਨਸ਼ਨ ਆ ਮੈਨੂੰ ਇਹ ਦੱਸ। ਮੇਰੀ ਗੱਲ ਸੁਣ ਕੇ ਨਾ, ਮੈਨੂੰ ਕੱਲੇ ਨੂੰ ਟੈਨਸ਼ਨ ਨਹੀਂ, ਆ ਤੁਹਾਨੂੰ ਕੀ ਸਾਰੇ ਟੱਬਰ ਨੂੰ ਵੀ ਟੈਨਸ਼ਨ ਹੋ ਜਾਣੀ ਆ। ਇਹ ਜਿਹਾ ਕਿਹੜਾ ਪਹਾੜ ਡਿੱਗਣਾ ਹੈ? ਪਹਾੜ ਡਿੱਗਣ ਵਾਲਾ ਹੀ ਸਮਝਿਓ। ਉਧਰ ਮੇਰੀ ਸਰਦਾਰਨੀ ਕਹਿੰਦੀ ਵੀ ਨਿਆਣੇ ਪੇਪਰਾਂ ਤੋਂ ਵਿਹਲੇ ਹੋ ਗਏ, ਵੀ ਮੈਂ ਹਫ਼ਤਾ 10 ਦਿਨਾਂ ਉਹਦੇ ਪੇਕੇ ਲਾ ਕੇ ਆਉਣੇ ਆ। ਹੈਂ, ਹਫ਼ਤਾ ਤਾਂ ਬਹੁਤ ਔਖਾ, ਉਹ ਤਾਂ ਇੱਕ ਘੰਟਾ ਕਿਤੇ ਚਲੀ ਜਾਵੇ ਮੈਨੂੰ ਤਾਂ ਫਿਰ ਧਮੂਸੜੀ ਆ ਜਾਂਦੀ ਆ, ਮੈਥੋਂ ਨੀ ਘਰ ਸਾਂਭਿਆ ਜਾਂਦਾ। ਮੇਰੇ ਮੰਨੀ ਜੀ ਸੋਟੀ ਬਿਨਾ ਟੁੱਟੇ, ਇਹ ਪੇਕੇ ਜਾਵੇ ਬਿਨਾ ਤੇ ਗੁੱਸਾ ਬਿਨਾ ਕਰੇ। ਹਾਂ ਕਰਮਿਆ, ਹਾਂ ਮੇਰੀ ਗੱਲ ਸੁਣ, ਪੁਰਾਣੀ ਬੁੜੀ ਪੁਰਾਣੀ ਖੁਰਾਕ ਤੇ ਪੁਰਾਣੀ ਅਕਲ ਔਖੇ ਵੇਲੇ ਹੀ ਕੰਮ ਆਉਂਦੀ ਆ। ਬਸ ਇਹ ਸਮਝ ਬੇਬੇ, ਅੱਜ ਤਾਂ ਤੇਰੇ ਲਈ ਇਮਤਿਹਾਨ ਦੀ ਘੜੀ ਹੈ। ਠੀਕ ਆ ਫਿਰ, ਗੈ ਵੀ ਪੇਕੇ ਨਹੀਂ ਜਾਊ, ਜਿਵੇਂ ਮੈਂ ਕਹੂੰਗੀ ਉਵੇਂ ਹੀ ਕਰੀ। ਹਾਂ ਬੇਬੇ ਦੱਸ ਫਿਰ। ਕਰਮਿਆ ਕੁਛ ਗੱਲਾਂ ਕੰਨ ਚ ਕਹਿਣ ਵਾਲੀਆਂ ਆਉਂਦੀਆਂ ਨੇ, ਉਰੇ ਨੂੰ ਹੋ ਜਾ ਫਿਰ। ਬਸ ਹੁਣ ਮੇਰੀ ਇੱਕ ਗੱਲ ਦਾ ਧਿਆਨ ਰੱਖਿਓ, ਉਹਨੂੰ ਕਿਸੇ ਨੇ ਵੀ ਪੇਕੇ ਜਾਣ ਤੋਂ ਰੋਕਣਾ ਨਹੀਂ। ਇਹ ਤਾਂ ਇਹ ਦਿਮਾਗ ਚ ਵੀ ਨਹੀਂ ਸੀ ਆਇਆ ਵੀ ਇਹਦਾ ਛੱਕੀ ਸੁਭਾਅ ਦਾ ਆਪਾਂ ਫਾਇਦਾ ਉਠਾ ਕੇ ਇਹਨੂੰ ਕਿਤੇ ਤਰੀਕੇ ਨਾਲ ਪੇਕੇ ਜਾਣ ਤੋਂ ਰੋਕ ਲਾ ਕੇ ਆਪੇ ਹੀ ਰੋਕ। ਵੀ ਦੁਨੀਆਂ 'ਚ ਹਰ ਚੀਜ਼ ਦਾ ਇਲਾਜ ਆ, ਪਰ ਸ਼ੱਕ ਦਾ ਕੋਈ ਇਲਾਜ ਨਹੀਂ। ਲੈ ਹੁਣ ਨਾ ਨੋ ਲੈ ਗਈ ਇਹ ਪੇਕੇ ਜਾਣ ਦਾ। ਮੇਰੇ ਸਹੁਰਿਆਂ ਵਰਗੇ ਕਈ ਸਹੁਰੇ ਕਿਵੇਂ ਚਲਾਕੀ ਨਾਲ ਆ ਮਾਂ ਧੀ ਦੇ ਪਿਆਰ ਵਿੱਚ ਦੁਬਾਰਾ ਚਿਣ ਦਿੰਦੇ ਨੇ ਕਿ ਨੂੰਹ ਦਾ ਇੱਕ ਦਿਲ ਨਹੀਂ ਹੁੰਦਾ। ਨੂੰਹ ਵੀ ਤਾਂ ਵਿਚਾਰੀ ਕਿਸੇ ਦੀ ਧੀ ਹੁੰਦੀ ਆ, ਕਿਵੇਂ ਤਰਸ ਜਾਂਦੀ ਆ ਉਹ ਆਪਦੇ ਪੇਕੇ ਜਾਣ ਨੂੰ। ਮੈਂ ਸਾਰੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀ ਕੋਈ ਨਾ ਕੋਈ ਕਾਰਨ ਬਣਾ ਕੇ ਤੁਹਾਡੇ ਸਹੁਰਿਆਂ ਨੇ ਪੇਕੇ ਜਾਣ ਤੋਂ ਰੋਕਿਆ। ਜੇਕਰ ਤੁਸੀਂ ਪਰਿਵਾਰਕ ਫਿਲਮਾਂ ਵੇਖਣਾ ਚਾਹੁੰਦੇ ਹੋ, ਸਾਡਾ ਇੱਕ ਪਰਿਵਾਰਕ ਚੈਨਲ ਮਿਸਟਰ ਮਿਸਿਜ਼ ਵਿਰਦੀ ਜ਼ਰੂਰ ਵੇਖੋ।